ਪਹਿਲਾਂ ਕਰੋਨਾ ਨੇ ਆਪਣਾ ਕਹਿਰ ਮਚਾਇਆ ਹੋਇਆ ਸੀ ਕਿ ਹੱਲੇ ਉਸ ਤੋਂ ਲੋਕਾਂ ਦਾ ਛੁਟਕਾਰਾ ਨਹੀਂ ਹੋਇਆ ਉਸ ਤੋਂ ਬਾਅਦ ਹੁਣ ਇੱਕ ਹੋਰ ਨਵੀਂ ਬਿਮਾਰੀ ਨਵਾਂ ਵਾਇਰਸ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਗੱਲ ਕਰ ਲਈਏ ਮੰਕੀ ਪੌਕਸ ਦੀ ਤਾਂ ਇਸ ਨੂੰ ਸਾਰੇ ਜਾਣਦੇ ਹੋਣਗੇ ਇਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਈ ਚਿੰਤਾ ਵੀ ਨਹੀਂ ਹੈ ਪਰ ਅਫਰੀਕਾ ਵਿੱਚ ਮੰਕੀ ਪੌਕਸ ਦਾ ਅਜੇ ਹ ਨਵਾਂ ਖਤਰਨਾਕ ਸਟ੍ਰੇਨ ਸਾਹਮਣੇ ਆਇਆ ਹੈ ਜਿਸ ਵਿੱਚ ਪੂਰੀ ਦੁਨੀਆ ਵਿੱਚ ਮਹਾਮਾਰੀ ਫੈਲਾਉਣ ਦੀ ਸਮਰੱਥਾ ਹੈ ਇਸ ਖਤਰੇ ਨੂੰ ਦੇਖਦੇ ਹੋਏ ਵਿਸ਼ਵ ਸਿਹਤ ਸੰਗਠਨ ਜਾਨਕਿ W H O ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ W H O ਦੇ ਡੀ ਜੀ ਨੇ ਕਿਹਾ ਹੈ ਕਿ ਵਿਗਿਆਨੀਆਂ ਦੁਆਰਾ ਹੁਣ ਤੱਕ ਕੀਤੀ ਗਈ ਖੋਜ ਤੋਂ ਅਜਿਹਾ ਲੱਗਦਾ ਹੈ ਕਿ ਮੰਕੀ ਪੌਕਸ ਦਾ ਇਹ ਸਟ੍ਰੇਨ ਬਹੁਤ ਘਾਤਕ ਹੈ ਅਤੇ ਆਫਰੀਕਾ ਵਿੱਚ ਇਸ ਦੇ ਫੈਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜੇਕਰ ਇਹ افریقਾ ਤੋਂ ਬਾਹਰ ਜਾਂਦਾ ਹੈ ਤਾਂ ਇਸ ਦੀ ਦੁਨੀਆ ਵਿੱਚ ਫੈਲਣ ਦੀ ਸੰਭਾਵਨਾ ਹੋਰ ਵੱਧ ਜਾਵੇਗੀ ਦੱਸਿਆ ਜਾਂਦਾ ਹੈ ਕਿ ਕਾਂਗੋ ਬਹੁਤ ਸੰਘਣੀ ਆਬਾਦੀ ਵਾਲਾ ਦੇਸ਼ ਹੈ ਜਿਸ ਦੀਆਂ ਕਈ ਹੋਰ ਦੇਸ਼ਾਂ ਨਾਲ ਸਰਹੱਦਾਂ ਸਾਂਝੀਆਂ ਹਨ ਇਹਨਾਂ ਦੇਸ਼ਾਂ ਵਿੱਚ ਕਾਰਨ ਨਿਯਮ ਆਵਾਜ਼ਾਈ ਹੁੰਦੀ ਹੈ ਇਸ ਲਈ ਇਹ ਖ਼ਤਰਾ ਹੈ ਕਿ ਹੁਣੇ ਜਾਂ ਬਾਅਦ ਵਿੱਚ ਇਹ ਬਿਮਾਰੀ ਇਹਨਾਂ ਗੁਆਂਢੀ ਦੇਸ਼ਾਂ ਵਿੱਚ ਵੀ ਫੈਲ ਸਕਦੀ ਹੈ WHO ਨੇ ਵੀ ਦੱਸਿਆ ਕਿ ਇਹ ਬਿਮਾਰੀ ਹੁਣ ਉਹਨਾਂ ਦੇਸ਼ਾਂ ਵਿੱਚ ਵੀ ਫੈਲ ਰਹੀ ਹੈ ਜਿਨ੍ਹਾਂ ਦੇਸ਼ਾਂ ਵਿੱਚ ਪਹਿਲਾਂ ਇਸ ਬਿਮਾਰੀ ਦਾ ਨਾਮ ਤੱਕ ਵੀ ਨਹੀਂ ਸੀ ਪਿਛਲੇ ਮਹੀਨੇ ਕਾਂਗੋ ਦੇ ਨਾਲ ਲੱਗਦੇ ਪੰਜਾਬ ਨਵੇਂ ਕੇਸ ਪਾਈ ਗਏ ਹਨ ਕਾਂਗੋ ਦੇ ਨਾਲ ਲੱਗਦੇ ਚਾਰ ਹੋਰ ਦੇਸ਼ਾਂ ਦੇ ਵਿੱਚ ਅਜਿਹੇ ਕੇਸ ਪਾਈ ਗਏ ਨੇ ਹਾਲਾਂਕਿ ਇਸ ਤੋਂ ਪਹਿਲਾਂ ਇਹਨਾਂ ਦੇਸ਼ਾਂ ਵਿੱਚੋਂ ਮੰਕੀ ਪੌਕਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸੀ ਇਹਨਾਂ ਦੇਸ਼ਾਂ ਵਿੱਚ ਕੀਨੀਆ ਰਵਾੰਡਾ ਅਤੇ ਯੂਗਾਂਡਾ ਸ਼ਾਮਿਲ ਹਨ ਇਸ ਦੇ ਨਾਲ ਹੀ ਗੁਰੰਡੀ ਵੀ ਇਸੇ ਵਿੱਚ ਸ਼ਾਮਿਲ ਹੈ WHO ਨੇ ਕਿਹਾ ਹੈ ਕਿ ਉਹ ਬਿਮਾਰੀ ਤੋਂ ਪ੍ਰਭਾਵਿਤ ਦੇਸ਼ਾਂ ਦੀਆਂ ਸਰਕਾਰਾਂ ਨਾਲ ਕੰਮ ਕਰ ਰਿਹਾ ਹੈ ਅਤੇ ਇਸ ਨਾਲ ਨਜਿੱਠਣ ਲਈ ਉਪਾਅ ਮੱਲਵਾਦ ਰਿਹਾ ਹੈ ਵਨ ਅਗਾ ਹੈ ਕਿ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕਮਿਊਨਿਟੀ ਪੱਧਰ ਤੇ ਇੱਕ ਸੰਪੂਰਨ ਰਣਨੀਤੀ ਦੀ ਲੋੜ ਹੈ ਹੁਣ ਤੱਕ ਕਾਂਗੋ ਤੋਂ ਆਵਾਜ਼ ਹੀ ਬੰਦ ਕਰਨ ਦੀ ਸਲਾਹ ਨਹੀਂ ਦਿੱਤੀ ਗਈ ਹੈ ਪਰ ਪ੍ਰਭਾਵਿਤ ਦੇਸ਼ਾਂ ਵਿੱਚ ਸਖਤ ਨਿਗਰਾਨੀ ਦੀ ਲੋੜ ਹੈ ਇਸ ਲਈ ਅਮਰੀਕਾ ਤੋਂ 15 ਮਿਲੀਅਨ ਡਾਲਰ ਦੀ ਮਦਦ ਵੀ ਮੰਗੀ ਗਈ ਹੈ ਇਸੇ ਤਰ੍ਹਾਂ ਦੀ ਹੋਰ ਨਵੀਂ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਦਿਗਦਰੋਜ਼ ਟੀਵੀ ਪਹਿਲਾਂ ਕਰੋਨਾ ਨੇ ਆਪਣਾ ਕਹਿਰ ਮਚਾਇਆ ਹੋਇਆ ਸੀ ਕਿ ਹੱਲੇ ਉਸ ਤੋਂ ਲੋਕਾਂ ਦਾ ਛੁਟਕਾਰਾ ਨਹੀਂ ਹੋਇਆ ਉਸ ਤੋਂ ਬਾਅਦ ਹੁਣ ਇੱਕ ਹੋਰ ਨਵੀਂ ਬਿਮਾਰੀ ਨਵਾਂ ਵਾਇਰਸ ਆਉਂਦਾ ਹੋਇਆ ਨਜ਼ਰ ਆ ਰਿਹਾ ਗੱਲ ਕਰ ਲਈਏ ਮੰਕੀ ਪੌਕਸ ਦੀ ਤਾਂ ਇਸ ਨੂੰ ਸਾਰੇ ਜਾਣਦੇ ਹੋਣਗੇ ਇਸ ਨੂੰ ਲੈ ਕੇ ਲੋਕਾਂ ਵਿੱਚ ਬਹੁਤੀ ਚਿੰਤਾ ਵੀ ਨਹੀਂ ਹੈ ਪਰ ਅਫਰੀਕਾ ਵਿੱਚ ਮੰਕੀ ਪੌਕਸ ਦਾ ਅਜੇ ਹਾ ਨਵਾਂ ਖਤਰਨਾਕ ਸਟ੍ਰੇਨ ਸਾਹਮਣੇ ਆਇਆ ਜਿਸ ਵਿੱਚ ਪੂਰੀ ਦੁਨੀਆ ਵਿੱਚ ਮਹਾਮਾਰੀ ਫੈਲਾਉਣ ਦੀ ਸਮਰੱਥਾ ਹੈ ਇਸ ਖਤਰੇ ਨੂੰ ਦੇਖਦੇ ਹੋਏ ਵਿਸ਼ਵ ਸਿਹਤ ਸੰਗਠਨ ਜਾਨੀ ਕਿ WHO ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ WHO ਦੇ ਡੀਜੀ ਨੇ ਕਿਹਾ ਹੈ ਕਿ ਵਿਗਿਆਨੀਆਂ ਦੁਆਰਾ ਹੁਣ ਤੱਕ ਕੀਤੀ ਗਈ ਖੋਜ ਤੋਂ ਅਜਿਹਾ ਲੱਗਦਾ ਹੈ ਕਿ ਮੰਕੀ ਪੌਕਸ ਦਾ ਇਹ ਸਟ੍ਰੇਨ ਬਹੁਤ ਘਾਤਕ ਹੈ ਅਤੇ ਆਫਰੀਕਾ ਵਿੱਚ ਇਸ ਦੇ ਫੈਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜਿਕਰ ਇਹ ਅਫਰੀਕਾ ਤੋਂ ਬਾਹਰ ਜਾਂਦਾ ਹੈ ਤਾਂ ਇਸ ਦੀ ਦੁਨੀਆ ਵਿੱਚ ਫੈਲਣ ਦੀ ਸੰਭਾਵਨਾ ਹੋਰ ਵੱਧ ਜਾਵੇਗੀ ਦੱਸਿਆ ਜਾਂਦਾ ਹੈ ਕਿ ਕਾਂਗੋ ਬਹੁਤ ਸੰਘਣੀ ਆਬਾਦੀ ਵਾਲਾ ਦੇਸ਼ ਹੈ ਜਿਸ ਦੀਆਂ ਕਈ ਹੋਰ ਦੇਸ਼ਾਂ ਨਾਲ ਸਰਹੱਦਾਂ ਸਾਂਝੀਆਂ ਹਨ ਇਹਨਾਂ ਦੇਸ਼ਾਂ ਵਿੱਚ ਕਾਰਨ ਨਿਯਮ ਆਵਾਜ਼ਾਈ ਹੁੰਦੀ ਹੈ ਇਸ ਲਈ ਇਹ ਖਦਸ਼ਾ ਹੈ ਕਿ ਹੁਣੇ ਜਾਂ ਬਾਅਦ ਵਿੱਚ ਇਹ ਬਿਮਾਰੀ ਇਹਨਾਂ ਗੁਆਂਢੀ ਦੇਸ਼ਾਂ ਵਿੱਚ ਵੀ ਫੈਲ ਸਕਦੀ ਹੈ WHO ਨੇ ਵੀ ਦੱਸਿਆ ਕਿ ਇਹ ਬਿਮਾਰੀ ਹੁਣ ਉਹਨਾਂ ਦੇਸ਼ਾਂ ਵਿੱਚ ਵੀ ਫੈਲ ਰਹੀ ਹੈ ਜਿਨ੍ਹਾਂ ਦੇਸ਼ਾਂ ਵਿੱਚ ਪਹਿਲਾਂ ਇਸ ਬਿਮਾਰੀ ਦਾ ਨਾਮ ਤੱਕ ਵੀ ਨਹੀਂ ਸੀ ਪਿਛਲੇ ਮਹੀਨੇ ਕਾਂਗੋ ਦੇ ਨਾਲ ਲੱਗਦੇ ਪੰਜਾਬ ਨਵੇਂ ਕੇਸ ਪਾਏ ਗਏ ਹਨ ਕਾਂਗੋ ਦੇ ਨਾਲ ਲੱਗਦੇ ਚਾਰ ਹੋਰ ਦੇਸ਼ਾਂ ਦੇ ਵਿੱਚ ਅਜਿਹੇ ਕੇਸ ਪਾਏ ਗਏ ਨੇ ਹਾਲਾਂਕਿ ਇਸ ਤੋਂ ਪਹਿਲਾਂ ਇਨ੍ਹਾਂ ਦੇਸ਼ਾਂ ਵਿੱਚੋਂ ਮੰਕੀ ਪੌਕਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸੀ ਇਨ੍ਹਾਂ ਦੇਸ਼ਾਂ ਵਿੱਚ ਕਿਨੀਆ ਰਵਾੰਡਾ ਅਤੇ ਯੂਗਾਂਡਾ ਸ਼ਾਮਿਲ ਹਨ ਇਸ ਦੇ ਨਾਲ ਹੀ ਗੁਰੂੰਡੀ ਵੀ ਇਸੇ ਵਿੱਚ ਸ਼ਾਮਿਲ ਹੈ WHO ਨੇ ਕਿਹਾ ਹੈ ਕਿ ਉਹ ਬਿਮਾਰੀ ਤੋਂ ਪ੍ਰਭਾਵਿਤ ਦੇਸ਼ਾਂ ਦੀਆਂ ਸਰਕਾਰਾਂ ਨਾਲ ਕੰਮ ਕਰ ਰਿਹਾ ਹੈ ਅਤੇ ਇਸ ਨਾਲ ਜਿੱਠਣ ਲਈ ਉਪਾਵਾਂ ਵੱਲ ਵੱਧ ਰਿਹਾ ਹੈ ਉਹਨੇ ਕਿਹਾ ਹੈ ਕਿ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕਮਿਊਨਿਟੀ ਪੱਧਰ ਤੇ ਇੱਕ ਸੰਪੂਰਨ ਰਣਨੀਤੀ ਦੀ ਲੋੜ ਹੈ ਹੁਣ ਤੱਕ ਕਾਂਗੋ ਤੋਂ ਆਵਾਜ਼ ਹੀ ਬੰਦ ਕਰਨ ਦੀ ਸਲਾਹ ਨਹੀਂ ਦਿੱਤੀ ਗਈ ਹੈ ਪਰ ਪ੍ਰਭਾਵਿਤ ਦੇਸ਼ਾਂ ਵਿੱਚ ਸਖਤ ਨਿਗਰਾਨੀ ਦੀ ਲੋੜ ਹੈ ਇਸ ਦੇ ਲਈ ਅਮਰੀਕਾ ਤੋਂ 15 ਮਿਲੀਅਨ ਡਾਲਰ ਦੀ ਮਦਦ ਵੀ ਮੰਗੀ ਗਈ ਹੈ ਇਸੇ ਤਰ੍ਹਾਂ ਦੀ ਹੋਰ ਨਵੀਂ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਦਿਗਦਰੋਜ਼ ਦੀ ਟੀਮ